ਕਰ ਅੱਜ ਅਸੀਂ ਯੂਨੀਵਰਸਲ ਲਾਅ ਦੇ ਕਾਲਜ ਦੇ ਬੱਚੇ ਤੁਹਾਡੇ ਅੱਗੇ ਲੀਗਲ ਏਡ ਸੈੱਲ ਬਾਰੇ ਕੁਝ ਦੱਸਣਾ ਚਾਹੁੰਦੇ ਹਾਂ। ਲੀਗਲ ਏਡ ਸੈੱਲ ਐਸਐਸ ਨਗਰ ਵਿੱਚ 1987 ਧਾਰਾ 12 ਦੇ ਅਧੀਨ ਦਰਜ ਹੈ, ਜਿਹਦੇ ਹੇਠ ਦੱਸਿਆ ਗਿਆ ਹੈ ਕਿ ਲੀਗਲ ਏਡ ਦਾ ਕੀ ਮਤਲਬ ਹੈ, ਇਸਦੀ ਸਹਾਇਤਾ ਕਿਸ ਕਿਸ ਨੂੰ ਮਿਲ ਸਕਦੀ ਹੈ। ਇਸਦੀ ਸਹਾਇਤਾ ਜੋ ਬਹੁਤ ਮੁਸੀਬਤ ਭਰਿਆ ਇਨਸਾਨ ਹੋਵੇ, ਕਿਸੇ ਨੂੰ ਕਿਸੇ ਦਾ ਅੰਗ ਮਰਿਆ ਹੋਵੇ ਜਾਂ ਕੋਈ ਮਾਈਂਡ ਉਹਦਾ ਅਨਸਾਊਂਡ ਮਾਈਂਡ ਹੋਵੇ, ਕੋਈ ਦਿਮਾਗ ਦੀ ਡਿਸੇਬਿਲਿਟੀ ਹੋਵੇ ਕਿਸੇ ਨੂੰ, ਇਸ ਦੌਰਾਨ ਕੋਈ ਵੀ ਜਿਹੜਾ ਵਿਰਾਗ ਹੋਵੇ ਉਸਦਾ। ਅੱਜ ਅਸੀਂ ਯੂਨੀਵਰਸਲ ਲਾਅ ਦੇ ਕਾਲਜ ਦੇ ਬੱਚੇ ਤੁਹਾਡੇ ਸਾਹਮਣੇ ਲੀਗਲ ਏਡ, ਇਸ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿ ਲੀਗਲ ਏਡ ਦੇ ਕੌਣ ਕੌਣ ਆਪਣੀ ਮਦਦ ਲਈ ਆ। ਮੇਰਾ ਨਾਮ ਜਪਸਿਮਰਤ ਕੌਰ ਹੈ, ਅਸੀਂ ਯੂਨੀਵਰਸਲ ਲਾਅ ਕਾਲਜ ਦੇ ਸਟੂਡੈਂਟਸ ਹਾਂ ਅਤੇ ਅੱਜ ਤੁਹਾਨੂੰ ਲੀਗਲ ਏਡ ਬਾਰੇ ਕੁਝ ਦੱਸਣਾ ਚਾਹੁੰਦੇ ਸੀ। ਇਸ ਲਈ ਅਸੀਂ ਇੱਥੇ ਕੋਰਟ ਵਿੱਚ ਆਏ ਹਾਂ। ਅਸੀਂ ਲੀਗਲ ਏਡ ਦਾ ਇੱਕ ਸਕਿੱਟ ਕਰਨਾ ਚਾਹ ਰਹੇ ਸੀ ਕਿ ਜਿਹਦੇ ਬਾਰੇ ਤੁਹਾਨੂੰ ਪਤਾ ਲੱਗੇਗਾ ਕਿ ਲੀਗਲ ਏਡ ਕੀ ਚੀਜ਼ ਹੈ। ਲੀਗਲ ਏਡ ਇੱਕ ਉਹ ਬਣਾਇਆ ਗਿਆ ਐਕਟ ਹੈ ਕਿ ਜਿਹਦੇ ਅੰਦਰ ਸਾਨੂੰ ਮੁਫਤ ਦੀ ਸਲਾਹ ਮਿਲਦੀ ਹੈ ਅਤੇ ਕੋਈ ਖਰਚਾ ਨਹੀਂ ਹੁੰਦਾ। ਜਿਵੇਂ ਕਿ ਕੋਈ ਦੁਖੀ ਭਰਿਆ ਇਨਸਾਨ ਹੋਵੇ, ਮਾਰਿਆ ਪਰਿਵਾਰ ਹੋਵੇ, ਜਿਹਦੇ ਨਾਲ ਕੋਈ ਧੋਖਾ ਹੋਇਆ ਹੋਵੇ, ਉਹਦੇ ਲੀਗਲ ਏਡ ਪ੍ਰਤੀ ਉਹਨੂੰ ਫੈਸਲਾ ਮਿਲਦਾ ਹੈ। ਲੋਕਾਂ ਨੂੰ ਉਹਨਾਂ ਦੇ ਕਾਨੂੰਨੀ ਅਧਿਕਾਰਾਂ ਪ੍ਰਤੀ, ਹਾਂਜੀ ਹਾਂਜੀ, ਮੁਫਤ ਮਿਲਦਾ ਹੈ। ਜਿਵੇਂ ਕੋਈ ਪਰਿਵਾਰ ਹੈ ਉਹ ਡਰ ਜਾਂਦਾ ਕਿ ਹਾਂ ਅਸੀਂ ਨਹੀਂ ਜਾਣਾ, ਬਹੁਤ ਅਦਾਲਤ ਵਿੱਚ ਬਹੁਤ ਖਰਚਾ ਹੁੰਦਾ, ਤਾਂ ਲੀਗਲ ਏਡ ਇੱਕ ਇਹੋ ਜਿਹੀ ਚੀਜ਼ ਹੈ ਜਿੱਥੇ ਉਹਨਾਂ ਨੂੰ ਕੋਈ ਖਰਚਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਉਹਨਾਂ ਨੂੰ ਮੁਫਤ ਸਲਾਹ ਦਿੰਦੇ ਨੇ। ਹਾਂਜੀ, ਕਾਲਜ ਵਿੱਚ ਹੁੰਦੇ ਨੇ। ਸਾਡਾ ਯੂਨੀਵਰਸਲ ਲਾਅ ਕਾਲਜ ਸਾਡਾ ਉੱਥੇ ਅਲੱਗ ਇੱਕ ਡਿਪਾਰਟਮੈਂਟ ਮਿਲਿਆ ਹੋਇਆ। ਅਸੀਂ ਪਿੰਡ ਪਿੰਡ ਜਾ ਕੇ ਯੂਨੀਵਰਸਲ ਲਾਅ ਦੇ ਕਾਲਜ ਹਰ ਇੱਕ ਰੈਲੀ ਕਰਦੇ ਹਾਂ, ਹਰ ਇੱਕ ਘਰ ਵਿੱਚ ਜਾਂਦੇ ਹਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤਾਂ ਸਾਨੂੰ ਦੱਸੋ। ਅਤੇ ਸਾਡੇ ਉੱਥੇ ਇੱਕ ਐਡਵੋਕੇਟ ਨੇ, ਅਸੀਂ ਉਹਨਾਂ ਕੋਲ ਉਹਨਾਂ ਦੀ ਫਾਈਲ ਦਰਜ ਕਰਦੇ ਹਾਂ ਅਤੇ ਉਹ ਫਿਰ ਸਾਨੂੰ ਅੱਗੇ ਦੱਸਦੇ ਨੇ। ਇਹਦੇ ਰਾਹੀਂ ਸਾਨੂੰ ਵੀ ਬਹੁਤ ਫਾਇਦਾ ਕਿ ਅਸੀਂ ਲਾਅ ਕਰ ਰਹੇ ਹਾਂ ਕਿ ਅਸੀਂ ਫੈਸਲੇ ਕਿਵੇਂ ਕਰਨੇ ਨੇ ਅਤੇ ਲੋਕਾਂ ਦੀਆਂ ਮਜਬੂਰੀਆਂ ਅਸੀਂ ਸਮਝ ਸਕਦੇ ਹਾਂ। ਮੈਂ ਅਰਚਨਾ ਪੁਰੀ, ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਹਾਲੀ ਬੋਲ ਰਹੀ ਹਾਂ। ਅੱਜ ਅਸੀਂ ਇੱਥੇ ਕਨੈਕਟਿੰਗ ਟੂ ਸਰਵ ਵੀਕ ਜਿਹੜਾ ਸੈਲੀਬ੍ਰੇਟ ਕਰ ਰਹੇ ਹਾਂ ਆਪਣੇ ਪੰਜਾਬ ਹਰਿਆਣਾ ਹਾਈਕੋਰਟ ਦੇ ਡਾਇਰੈਕਸ਼ਨਸ 'ਤੇ, ਉਹਦੇ ਰਾਹੀਂ ਅਸੀਂ ਅੱਜ ਇੱਕ ਨੋਟਿਸ ਦੁਨੀਆ ਨੂੰ ਮੈਸੇਜ ਸਰਵ ਕਰਨਾ ਹੈਗਾ ਆਪਣੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ, ਮੋਹਾਲੀ ਦੇ ਇਲਾਕਿਆਂ ਦੇ ਵਿੱਚ, ਕਿ ਵੀ ਅਸੀਂ ਜਿਹੜੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਹੈਗੀ ਹੈ, ਆਮ ਲੋਕਾਂ ਦੀ ਭਲਾਈ ਲਈ ਹੈ, ਜੋ ਵੀ ਅਸੀਂ ਸਹਾਇਤਾ ਕਰ ਸਕਦੇ ਹਾਂ, ਕਾਨੂੰਨੀ ਸਹਾਇਤਾ ਉਹਨਾਂ ਨੂੰ ਦੇ ਸਕਦੇ ਹਾਂ ਤਾਂ ਅਸੀਂ ਕਰਾਵਾਂਗੇ। ਹਲੇ ਵੀ ਆਪਣੇ ਬੜੇ ਪਿਛੜੇ ਇਲਾਕੇ ਹੈਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈ ਕਿ ਕੋਈ ਸਮੱਸਿਆ ਆਈ, ਸਾਨੂੰ ਪਰਿਵਾਰਿਕ ਸਮੱਸਿਆ ਹੋਏ ਕੋਈ, ਜਾਂ ਵੈਸੇ ਲਿਟੀਗੇਸ਼ਨ ਹੋਏ, ਲੜਾਈ ਝਗੜਾ ਹੋਏ, ਅਸੀਂ ਕਿੱਥੇ ਜਾਣਾ ਅਤੇ ਕਿਵੇਂ ਜਾਣਾ। ਉਹ ਜਿਹੜਾ ਸਾਡਾ ਅੱਜ ਦਾ ਸੰਦੇਸ਼ ਹੈਗਾ ਕਨੈਕਟਿੰਗ ਟੂ ਸਰਵ ਮੋਇਜ, ਅਸੀਂ ਟੂ ਸਰਵ ਮੋਇਜ ਅਸੀਂ ਦਿਹਾੜਾ ਮਨਾ ਰਹੇ ਹਾਂ, ਉਹ ਇਸ ਲਈ ਹੈਗੇ ਕਿ ਆਮ ਜਨਤਾ ਦੇ ਕੋਲ ਜਿਹੜੇ ਅਨਪੜ੍ਹ ਲੋਕ ਹੈ, ਪਿਛੜੇ ਸ਼੍ਰੇਣੀਆਂ ਹੈਗੀਆਂ, ਉਹਨਾਂ ਨੂੰ ਅਸੀਂ ਇਹ ਸੁਨੇਹਾ ਦੇ ਸਕੀਏ ਕਿ ਵੀ ਜੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਸਾਡੇ ਕੋਲ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਦੇ ਜਿਹੜਾ ਹੈਗਾ ਉਸ ਦਫ਼ਤਰ 'ਚ ਆ ਸਕਦੇ ਹੋ, ਅਸੀਂ ਤੁਹਾਨੂੰ ਕਾਨੂੰਨੀ ਸਹਾਇਤਾ ਪੂਰੀ ਦੇਵਾਂਗੇ। ਕੌਣ ਕੌਣ ਸ਼ਾਮਲ ਨੇ ਮੈਡਮ, ਕੀ ਕੀ ਪ੍ਰੋਬਲਮ? ਇਸ ਦੇ ਵਿੱਚ ਅਸੀਂ ਅੱਜ ਮੈਡਮ ਡੀ ਸੀ ਸਾਡੇ ਕੋਲ ਹੈਗੀ ਹੈ, ਖੜ੍ਹੇ ਹੈ, ਉਹ ਸਾਡੇ ਨਾਲ ਖੜ੍ਹੇ ਹੈ, ਐਸ ਪੀ ਸਿਟੀ ਹੈਗੇ ਹੈ ਸਾਡੇ ਨਾਲ, ਪੁਲਿਸ ਵਾਲੇ ਸਾਰੇ ਹੈਗੇ ਹੈ, ਐਗਜੈਕਟਿਵ ਵਾਲੇ ਸਾਰੇ ਹੈ, ਬੱਚੇ ਹੈਗੇ ਹੈ ਯੂਨੀਵਰਸਲ ਲਾਅ ਕਾਲਜ ਦੇ। ਉਹ ਇੱਕ ਨੁੱਕੜ ਨਾਟਕ ਜਿਹੜਾ ਪੇਸ਼ ਕਰਨਗੇ ਜਿਹੜੇ ਕਿ ਆਮ ਜਨਤਾ ਜਿਹੜੇ ਹੁਣ ਇਸ ਵਕਤ ਅਦਾਲਤਾਂ ਵਿੱਚ ਆਏ ਹੋਏ ਲੋਕ ਜਿਹੜੇ ਉਹ ਸਮਝ ਸਕਣ। ਜੇਕਰ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਅਤੇ ਨਵੀਂ ਅਪਡੇਟ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।